ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਰਾਜ ਸਿੰਘ ਹੈ। ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ, ਫਿਫਥ ਕਲਾਸ ਵਿੱਚ ਪੜ੍ਹਦਾ ਹਾਂ, 11 ਈਅਰ ਓਲਡ ਹਾਂ। ਮੇਰੇ ਬਹੁਤ ਜ਼ਿਆਦਾ ਪੇਨ ਹੁੰਦੇ ਸੀ, ਮੇਰੇ ਅਪੈਂਡਿਕਸ ਦੀ ਪ੍ਰੋਬਲਮ ਸੀ। ਮੈਂ ਲੁਧਿਆਣੇ ਦੇ ਬਹੁਤ ਸਾਰੇ ਡਾਕਟਰਸ ਨੂੰ ਮਿਲਿਆ, ਉਹਨਾਂ ਨੇ ਮੇਰੇ ਬਹੁਤ ਸਾਰੇ ਟੈਸਟ ਕੀਤੇ। ਉਹਨਾਂ ਨੇ ਕਿਹਾ ਕਿ ਅਪੈਂਡਿਕਸ ਦੀ ਹੀ ਪ੍ਰੋਬਲਮ ਆ, ਅਤੇ ਮੰਮਾ ਨੇ ਗੈਸਟ੍ਰਿਕ ਬਾਈਪਾਸ ਸਰਜਰੀ ਕਰਾਈ ਸੀਗੀ ਡਾਕਟਰ ਅਮਿਤ ਸੂਦ ਕੋਲੋਂ। ਮੇਰੇ ਮੰਮਾ ਨੇ ਆਪਣੇ ਡਾਕਟਰ ਨਾਲ ਗੱਲ ਕੀਤੀ ਅਤੇ ਡਾਕਟਰ ਸਾਹਿਬ ਨੇ ਇੱਥੇ ਬੁਲਾਇਆ ਅਤੇ ਕਹਿੰਦੇ ਕਿ ਟੈਸਟ ਕਰਾਏ ਮੇਰੇ। ਉਹਨਾਂ ਨੇ ਮੈਨੂੰ ਤਸੱਲੀ ਦਿੱਤੀ, ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ। ਉਹ ਕਹਿੰਦੇ ਕਿ ਕੁਛ ਨਹੀਂ ਹੁੰਦਾ, ਡਰ ਨਾ। ਫਿਰ ਜੋ ਮੇਰਾ ਆਪਰੇਸ਼ਨ ਹੋਇਆ, ਉਦੋਂ ਫਿਰ ਮੈਂ ਸਟਾਫ ਨੂੰ ਪੁੱਛ ਰਿਹਾ ਸੀਗਾ ਕਿ ਮੇਰਾ ਆਪਰੇਸ਼ਨ ਹੋ ਗਿਆ। ਮੈਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ। ਮੈਂ 15 ਦਿਨਾਂ ਬਾਅਦ ਆਇਆ, ਮੈਨੂੰ ਟਾਂਕੇ ਕਟਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ, ਮੇਰੇ ਕੋਲ ਲੈਣ ਵਾਲੇ ਟਾਂਕੇ ਨੇ, ਅਤੇ ਮੈਂ ਖਾ ਪੀ ਰਿਹਾ ਹਾਂ, ਅੱਛੇ ਤਰੀਕੇ ਨਾਲ ਖੇਡ ਕੁੱਦ ਰਿਹਾ ਹਾਂ, ਤੁਰਨ ਫਿਰਨ ਲੱਗ ਗਿਆ ਵਾਂ। ਅਤੇ ਮੈਂ ਲਾਸਟਲੀ ਆਹੀ ਕਹਿਣਾ ਚਾਹੂੰਗਾ ਕਿ ਅਗਰ ਤੁਹਾਨੂੰ ਕੋਈ ਮੋਟਾਪੇ ਦੀ ਬਿਮਾਰੀ ਹੋਵੇ, ਮੋਟਾਪਾ ਦੀ ਪ੍ਰੋਬਲਮ ਹੋਵੇ ਜਾਂ ਪੇਟ ਦੀ ਕੋਈ ਵੀ ਬਿਮਾਰੀ ਹੋਵੇ, ਤਾਂ ਇੱਕ ਵਾਰੀ ਡਾਕਟਰ ਅਮਿਤ ਸੂਦ ਨਾਲ ਆ ਕੇ ਮਿਲਣ। ਥੈਂਕ ਯੂ।